বলি দেখে লাখ মুসিবতাঁ সির উতে জালিয়ানে রাহি জঙ্গলি বিখরে পেন্ডিয়াঁ বিচোঁ ਖੌਫ ਨਾਗ ਰਤਾ ਕੋਲ ਕਲੀਆਂ ਮਾਤਾ ਪਿਤਾ ਤੇ ਪੁੱਤ ਸ਼ਹੀਦ ਹੋ ਗਏ ਤੇ ਉਹਦੇ ਚਿਹਰੇ ਤੇ ਅਜੇ ਵੀ ਲਾਲੀਆਂ ਉਸਨੇ ਆਪਣੇ ਦੀਵੇ ਬੁਝਾ ਕੇ ਤੇ ਤੇ ਭਾਰਤ ਵਰਸ਼ ਚ ਦੀਵਾਲੀਆਂ ਵਾਲੀਆਂ ਨੇ ਤੇ ਉਸਨੇ ਭਾਰਤ ਵਰਸ਼ ਚ ਦੀਵਾਲੀਆਂ ਵਾਲੀਆਂ ਨੇ ਨਮਸਕਾਰ ਲਖਵਾ ਰਹੇ ਕਲ ਗੀ ਸੋਹੇ ਬਾਦ ਤੇਰੇ ਨੈਣ ਨਕਸ਼ਿਆਂ ਤੇ ਸੁੰਦਰ ਤਕਣੀ ਵਿੱਚ ਮਸਤੀ ਅੰਤਾ ਦੀ ਸਾਹਾਂ ਵਿੱਚ ਮੈਂ ਕੁੜੀਆਂ ਨੇ ਸੁਵਾਸ ਮੇਰੇ ਧਰਤੀ ਤੋਂ ਅੰਬਰ ਤੋੜੀ
ਜਾਨਾ ਪ੍ਰੀਤਾ ਦਾ ਗੁਰਦਾਰਾ ਹੈ। ਲੋੜਾ ਦੇ ਪੀੜੇ ਲੋਕੀ ਨੇ ਸ਼ਿਕਾਇਤਾਂ ਪਾਸ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ। ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਜੋ ਧੁੱਪ ਵਿੱਚ ਤਪ ਸੜੇ ਉੱਠਦਾ ਹੈ ਜਦ ਵਾਹਿਗੁਰੂ ਆਖਾਂ ਕਰ ਜਾਂਦਾ ਗਮ ਦੇ ਸੋ ਸਾਗਰ ਡੁੱਬਦਾ ਤੇਰਾ ਨਾਮ ਲਮਾਤਾ ਕਰ ਜਾਂਦਾ। ਇਹ ਮਸਤ ਤੇ ਨੂਰ ਪਿਆਰਾ ਦਾ ਸਭ ਪਾਪ ਕਰਾ ਦੀ ਨਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ। ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਤੇਰੀ ਬਨ ਤੀਰਜ ਬਨ ਦਿੰਦਾ ਤੇਰੇ ਕਿਨਕੇ ਨਾਲ ਹੋਏ ਉੱਠਦਾ ਮਨ ਬਹੁਤ ਵੱਡਾ ਪ੍ਰਕਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ। ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਸਭ ਵਿੱਚ ਤੇਰਾ ਵਾਸਾ ਹੈ। ਇਸ ਲੱਖ 84 ਜੂਨਾਂ ਨੂੰ ਇੱਕ ਤੇਰਾ ਹੀ ਪਰਵਾਸਾ ਹੈ। ਲੋੜਾਂ ਦੇ ਪੀੜੇ ਲੋਕੀ ਨੇ ਨਿਆਣ ਸ਼ਿਕਾਇਤਾਂ ਪਾਸ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ। ਨਾਮ ਨਾ ਚੱਲਣ ਸਵਾਸ ਮੇਰੇ ਨਾਮ ਜੋ ਜਪਣਾ ਤੋੜੀ ਨੋ ਮੁਖ ਮੋੜੀ ਨਾ ਜਲ ਤੋੜੀ ਨਾ ਰੱਖ ਪਿਆ ਮਹਾਬਤ ਲਿਖ ਲਿਖ ਕੇ ਬੈਂਕਾਂ ਗਾਉਂਦਾ ਖਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ। ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ। ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਪਰਮ ਸਤਿਕਾਰਯੋਗ ਗੁਰੂ ਗੁਰਾਂ ਦੀ ਸਾਜੀ ਨਵਾਂ ਜੀ ਖਾਲਸਾ ਸਾਹਿਬ ਸਿੰਘ ਜੀਓ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਪਿਆਰਿਓ ਜੋ ਦੀਨ ਦੁਨੀਆਂ ਦੇ ਮਾਲਕ ਚੌ ਸ਼ਬਦ ਤੱਕ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਹਜ਼ੂਰ ਸਭ ਕਲਾ ਭਰਪੂਰ ਗੁਰਤਾ ਗਤੀ ਦੇ ਵਿਰਾਜਮਾਨ ਸਭ ਥੰਮ ਦੇ ਗੁਰੂ ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ ਪਿਆਰਿਓ ਗੁਰ ਇਤਿਹਾਸ ਸਾਹਮਣੇ ਕਰ ਰਹੇ ਹੋ
ਆਪਣਾ ਇਹ ਸਮਾਂ ਜਿਹੜਾ ਹੈ ਉਹ ਸਫਲਾ ਕਰ ਰਹੇ ਹੋ। ਆਓ ਗੁਰੂ ਪਿਆਰਿਓ, ਜਿਤਨਾ ਕੁ ਸਮਾਂ ਪ੍ਰਬੰਧਕਾਂ ਵੱਲੋਂ ਦਾਸਰਾਂ ਨੂੰ ਮਿਲਿਆ ਹੈ ਆਪ ਜੀ ਦੀ ਸੇਵਾ ਵਿੱਚ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਵਕਾਰਾਂ ਬਾਰੇ ਸੰਖੇਪ ਵਿੱਚ ਵਿਚਾਰ ਕਰਾਂਗੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪਰਵਕਾਰ ਇੰਨੇ ਹਨ ਕਿ ਪਿਆਰਿਓ ਸਾਰੇ ਧਰਤੀ ਦੀ ਜਿਹੜੀ ਹੈ ਬਨਸਪਤੀ, ਜਿੰਨੇ ਦਰੱਖਤ ਨੇ, ਜਿੰਨੇ ਰੁੱਖ ਨੇ, ਜੇ ਉਹਨਾਂ ਦੀਆਂ ਕਲਮਾਂ ਬਣਾ ਲਈਆਂ ਜਾਣ, ਜਿਤਨੇ ਸਮੁੰਦਰ ਨੇ, ਸਾਗਰ ਨੇ ਇਸ ਧਰਤੀ ਦੇ ਉੱਤੇ, ਜੇ ਉਸਦੀ ਸਿਆਹੀ ਬਣਾ ਲਈ ਜਾਵੇ ਅਤੇ ਲਿਖਣੀਆਂ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਲਿਖਣੀਆਂ ਆਰੰਭ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਵਕਾਰ ਲਿਖਣੇ ਸ਼ੁਰੂ ਕਰੀਏ ਅਤੇ ਸਿਆਹੀ ਖਤਮ ਹੋ ਜਾਵੇਗੀ, ਕਲਮਾਂ ਖਤਮ ਹੋ ਜਾਣਗੀਆਂ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਵਕਾਰ ਜਿਹੜੇ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਆਓ ਪਿਆਰਿਓ, ਜਿਤਨਾ ਸਮਾਂ ਦਾਸਰਿਆਂ ਨੂੰ ਮਿਲਿਆ ਹੈ ਆਪ ਜੀ ਦੇ ਨਾਲ ਇਤਿਹਾਸ ਦੇ ਵਿੱਚੋਂ ਸੰਖੇਪ ਵਿੱਚ ਕੁਝ ਵਿਚਾਰਾਂ, ਕਿਉਂਕਿ ਇਤਿਹਾਸ ਬੜਾ ਲੰਬੇੜਾ ਹੁੰਦਾ ਹੈ ਅਤੇ ਜੇ ਅਸੀਂ ਕੋਈ ਪ੍ਰਸੰਗ ਕਹਿਣ ਦਾ ਯਤਨ ਕਰੀਏ, ਚਾਹੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਹੈ, ਚਾਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਹੈ, ਜੇ ਉਹ ਸੰਗਤਾਂ ਨੂੰ ਸਰਵਣ ਕਰਾਉਣਾ ਹੋਵੇ ਤਾਂ ਕਰੀਬਨ ਡੇਢ ਦੋ ਘੰਟੇ ਦਾ ਸਮਾਂ ਚਾਹੀਦਾ ਹੈ। ਪਰ ਆਪ ਜੀ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਟੂਕ ਮਾਤਰ ਸੰਖੇਪ ਵਿੱਚ ਪਰਵ ਕਰਨ ਲਈ ਵਿਚਾਰ ਕਰਾਂਗੇ। ਆਓ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ, ਜੀਵਨ ਬਾਰੇ ਕੁਝ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਕੀਤਾ ਹੈ, ਕਹਿ ਗੁਰੂ ਕਾ ਸਿੱਖਾ, ਜਦੋਂ ਤੇਰੇ ਸਾਹਮਣੇ ਗੁਰੂ ਕਾ ਸਿੱਖ ਆਵੇ ਤੇ ਉਸਨੂੰ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣੀ ਹੈ ਉਸਦੇ ਨਾਲ। ਆਓ ਪਿਆਰਿਓ, ਸ਼ਹੀਦ ਪੁੱਤਰਾਂ ਦੇ ਪਿਤਾ, ਸ਼ਹੀਦ ਪਿਤਾ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਾਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਇੱਕੋ ਵਾਰ ਕਹਿਣ ਤੇ ਚਕਾਓ ਸੀਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨਰਿੰਦਰ ਸਿੰਘ ਜੀ ਆਪ ਗੁਰੂ ਦੀਆਂ ਸੰਗਤਾਂ ਦੇ ਨਾਲ ਗੁਰ ਕਾ ਇਤਿਹਾਸ ਸਰਵਣ ਕਰਵਾ ਰਹੇ ਸਨ, ਵਿਚਾਰਾਂ ਕਰ ਰਹੇ ਸਨ, ਇਤਿਹਾਸ ਤੋਂ ਆਪ ਜੀ ਨੂੰ ਜਾਣੂ ਕਰਵਾ ਰਹੇ ਸਨ, ਬੜੇ ਪ੍ਰੇਮ ਪਿਆਰ ਵਾਲੇ ਵੀਰ ਨੇ। ਆਓ ਪਿਆਰਿਓ, ਉਹਨਾਂ ਨੇ ਸ਼ਹੀਦੀ ਪ੍ਰਸੰਗ ਜੋ ਇਹ ਦਿਨ ਦਿਹਾੜੇ ਚੱਲ ਰਹੇ ਨੇ, ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ, ਗੁਰੂ ਕੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਪਰਵਕਾਰਾਂ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਆਓ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਣੇ 9 ਸਾਲ ਦੀ ਉਮਰ 'ਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਿਆਰਿਓ ਜੇ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਫਰਿਆਦ ਲੈ ਕੇ ਪੰਡਤ ਆਏ ਅਤੇ ਆਖਿਆ ਸਾਡੇ ਧਰਮ ਨੂੰ ਖਤਰਾ ਹੈ, ਸਾਡੇ ਜਨੇਊ ਜਿਹੜੇ ਨੇ ਜ਼ਬਰਦਸਤੀ ਲਾਏ ਜਾ ਰਹੇ ਨੇ ਅਤੇ ਸਾਨੂੰ ਬੇਪਤ ਕੀਤਾ ਜਾ ਰਿਹਾ ਹੈ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਅੱਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਫਰਿਆਦੀ ਖੜ੍ਹੇ ਨੇ ਹੱਥ ਜੋੜ ਕੇ ਅਤੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੁੱਛਿਆ ਪਿਤਾ ਜੀ ਇਹ ਕੀ ਆਉਂਦੇ ਨੇ? ਸੱਚੇ ਪਾਤਸ਼ਾਹ ਜੀ ਆਖਣ ਲੱਗੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਕਿਸੇ ਪੀਰ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਮਹਾਂਪੁਰਸ਼ ਨੂੰ ਬਲੀਦਾਨ ਦੇਣਾ ਪਵੇਗਾ, ਕੁਰਬਾਨੀ ਦੇਣੀ ਪਵੇਗੀ, ਤਾਂ ਇਹਨਾਂ ਦਾ ਧਰਮ ਜਿਹੜਾ ਬਚਾਇਆ ਜਾ ਸਕਦਾ ਹੈ। ਅਤੇ ਉਹ ਸਮੇਂ ਬਾਲ ਗੋਬਿੰਦ ਰਾਏ ਜੀ ਪੌਣੇ 9 ਸਾਲ ਦੀ ਉਮਰ ਸਤਿਗੁਰਾਂ ਦੀ ਅਤੇ ਆਖਿਆ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ ਹੈ? ਸੱਚੇ ਪਾਤਸ਼ਾਹ ਜੀ ਨੇ ਪਰਖ ਕਰਨ ਵਾਸਤੇ ਆਪਣੇ ਲਾਲ ਦੀ ਆਖਿਆ ਲਾਲ ਜੀ ਮੈਂ ਕੁਰਬਾਨੀ ਦੇਣ ਵਾਸਤੇ ਚਲਾ ਤਾਂ ਜਾਵਾਂ, ਮੈਨੂੰ ਤੁਹਾਡਾ ਫਿਕਰ ਹੈ ਤੁਸੀਂ ਅਨਾਥ ਹੋ ਜਾਵੋਗੇ,
ਤੁਹਾਡੀ ਮਾਂ ਜਿਹੜੀ ਆ ਉਹ ਵਿਧਵਾ ਹੋ ਜਾਵੇਗੀ। ਸੱਚੇ ਪਾਤਸ਼ਾਹ ਜੀ ਨੇ ਪਰਖਣ ਵਾਸਤੇ ਆਪਣੇ ਪੁੱਤਰ ਨੂੰ ਇਹ ਗੱਲ ਆਖੀ ਤੇ ਉਸ ਸਮੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਪਿਤਾ ਜੀ ਫਿਰ ਕੀ ਹੋਇਆ ਜੇ ਮੈਂ ਅਨਾਥ ਹੋ ਜਾਵਾਂਗਾ, ਫਿਰ ਕੀ ਹੋਇਆ ਜੇ ਮੇਰੀ ਮਾਤਾ ਵਿਧਵਾ ਹੋ ਜਾਵੇਗੀ। ਲੱਖਾਂ ਮਾਤਾ ਵਿਧਵਾ ਹੋਣ ਬਚ ਜਾਣਗੀਆਂ, ਲੱਖਾਂ ਬੱਚੇ ਜਿਹੜੇ ਨੇ ਉਹ ਅਨਾਥ ਹੋਣ ਬਚ ਜਾਣਗੇ। ਪਿਤਾ ਜੀ ਆਪ ਜੀ ਕੁਰਬਾਨੀ ਕਰੋ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਸਮੇਂ ਪਿਆਰਿਓ ਦਿੱਲੀ ਨੂੰ ਰਵਾਨਾ ਹੋਏ ਸਨ। ਦਿੱਲੀ ਚੌਂਕ ਚਾਂਦਨੀ ਵਿੱਚ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਸੀ। ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਇਤਨੇ ਪਰਵਕਾਰ ਆਪ ਜੀ ਦੇ, ਕਿਤਨਾ ਆਪ ਜੀ ਦੀ ਕੁਰਬਾਨੀ ਹੈ। ਛੋਟੀ ਉਮਰ ਦੇ ਵਿੱਚ ਪਿਤਾ ਨੂੰ ਹੱਸ ਕੇ ਤੋਰਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਲ ਅਵਸਥਾ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੁਰਬਾਨੀ ਵਾਸਤੇ ਤੋਰਿਆ। ਸਮਾਂ ਆਇਆ ਚਮਕੌਰ ਦੀ ਗੜੀ ਦੇ ਵਿੱਚ ਸਿੱਖ ਜੂਝ ਕੇ ਸ਼ਹੀਦੀਆਂ ਪਾ ਰਹੇ ਸਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਨਮੁੱਖ ਆ ਕੇ ਆਖਣ ਲੱਗਾ, ਸੱਚੇ ਪਾਤਸ਼ਾਹ ਜੀ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਚਾਹੁੰਦਾ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਹੱਥੀਂ ਸ਼ਸਤਰ ਸਜਾਏ, ਆਪ ਹੱਥੀਂ ਆਪਣੇ ਵੱਡੇ ਸਾਹਿਬਜ਼ਾਦੇ ਨੂੰ ਤਿਆਰ ਬਰ ਤਿਆਰ ਕਰਕੇ ਜੰਗ ਦੇ ਮੈਦਾਨ ਵੱਲ ਹੱਸ ਕੇ ਤੋਰਿਆ। ਬਾਹ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ, ਤੇਰੇ ਵਰਗਾ ਦੁਨੀਆਂ ਦੇ ਉੱਤੇ ਨਾ ਕੋਈ ਹੋਇਆ, ਨਾ ਕਿਸੇ ਨੇ ਹੋਣਾ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਵੱਡਾ ਸਾਹਿਬਜ਼ਾਦਾ ਜੰਗ ਦੇ ਮੈਦਾਨ ਵੱਲ ਭੇਜਿਆ। ਵੱਡਾ ਸਾਹਿਬਜ਼ਾਦੇ ਨੂੰ ਆਪ ਅੱਖੀਂ ਸੱਚੇ ਪਾਤਸ਼ਾਹ ਨੂੰ ਵੇਖਿਆ, ਲੜਾਈ ਕਰਦੇ ਹੋਏ ਵੇਖਿਆ, ਜੰਗ ਵਿੱਚ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਵੇਖਿਆ। ਤੇ ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਵੱਡੇ ਸਾਹਿਬਜ਼ਾਦੇ ਨੂੰ ਫਤ ਖਾਂਦੇ ਹੋਏ ਵੇਖਿਆ। ਸੱਚੇ ਪਾਤਸ਼ਾਹ ਨੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਆਪ ਆਪਣੇ ਅੱਖੀਂ ਵੇਖੀ। ਤੇ ਜਦੋਂ ਵੱਡਾ ਸਾਹਿਬਜ਼ਾਦਾ ਸ਼ਹੀਦ ਹੋਇਆ, ਪਿਆਰਿਓ ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜੈਕਾਰਾ ਛੱਡਿਆ ਤੇ ਮੁਗਲ ਹੈਰਾਨ ਰਹਿ ਗਏ, ਇਹ ਕਿਹੋ ਜਿਹਾ ਗੁਰੂ ਹੈ ਜੇ ਸਿੱਖ ਸ਼ਹੀਦ ਹੁੰਦੇ ਨੇ ਫਿਰ ਵੀ ਜੈਕਾਰੇ ਲਾਉਂਦਾ ਹੈ, ਜੇ ਇਸ ਦਾ ਆਪਣਾ ਪੁੱਤਰ ਸ਼ਹੀਦ ਹੋਇਆ ਫਿਰ ਵੀ ਜੈਕਾਰੇ ਲਾਉਂਦਾ ਹੈ। ਉੱਧਰ ਛੋਟਾ ਪੁੱਤਰ ਬਾਬਾ ਜੁਝਾਰ ਸਿੰਘ ਜੀ ਆ ਕੇ ਸੱਚੇ ਪਾਤਸ਼ਾਹ ਨੂੰ ਆਖਦਾ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹਾਂ, ਵੱਡੇ ਵੀਰ ਤੋਂ ਵੱਖ ਹੋ ਕੇ ਮੈਂ ਰਹਿਣਾ ਨਹੀਂ ਚਾਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਬਾਬਾ ਜੁਝਾਰ ਸਿੰਘ ਜੀ ਨੂੰ ਤਿਆਰ ਬਰ ਤਿਆਰ ਕੀਤਾ ਹੈ। ਤੇ ਭਾਈ ਦਇਆ ਸਿੰਘ ਜੀ ਆਖਣ ਲੱਗੇ, ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ, ਛੋਟੇ ਸਾਹਿਬਜ਼ਾਦੇ ਸਾਡੇ ਕੋਲੋਂ ਵਿਛੜ ਚੁੱਕੇ ਨੇ, ਪਤਾ ਨਹੀਂ ਉਹ ਕਿਸ ਹਾਲਾਤ ਵਿੱਚ ਨੇ, ਕਿਹਨਾਂ ਹਾਲਾਤਾਂ ਵਿੱਚ ਨੇ। ਇਹ ਸਾਹਿਬਜ਼ਾਦਾ ਜੁਝਾਰ ਸਿੰਘ ਤੁਹਾਡੇ ਕੋਲ ਹੈ, ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦੀ ਪਾ ਗਿਆ, ਤੁਸੀਂ ਇਸ ਸਾਹਿਬਜ਼ਾਦੇ ਨੂੰ ਆਪਣੇ ਕੋਲ ਰੱਖੋ, ਕਿਰਪਾ ਕਰਕੇ ਇਸ ਨੂੰ ਜੰਗ ਦੇ ਮੈਦਾਨ ਵਿੱਚ ਨਾ ਭੇਜੋ, ਕਿਉਂਕਿ ਸਾਧ ਸੰਗਤ ਸਾਹਮਣੇ 10 ਲੱਖ ਦੀ ਫੌਜ ਹੈ, ਪਤਾ ਹੈ ਜਿਹੜਾ ਬਾਹਰ ਜਾਂਦਾ ਹੈ ਉਹ ਮੁੜ ਕੇ ਜਿਉਂਦਾ ਵਾਪਸ ਨਹੀਂ ਆਉਂਦਾ, ਜੇ ਬਾਹਰ ਜਾਂਦੇ ਨੇ ਉਹ ਸ਼ਹੀਦੀ ਦੇਣ ਵਾਸਤੇ ਜਾਂਦੇ ਨੇ। ਇਤਨੇ ਹੌਸਲੇ ਬੁਲੰਦ ਗੁਰੂ ਕਿਆ ਸਿੱਖਾਂ ਦੇ ਆਪਣੇ ਗੁਰੂ ਤੋਂ ਕੁਰਬਾਨ ਹੋਣ ਵਾਸਤੇ, ਹੱਸ ਹੱਸ ਕੇ ਸ਼ਹੀਦੀਆਂ ਪਾਉਣ ਵਾਸਤੇ, ਸੱਚੇ ਪਾਤਸ਼ਾਹੀ ਤੋਂ ਆਗਿਆ ਲੈ ਕੇ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਵਿੱਚ 5-5 ਦਾ ਜਥਾ ਬਣਾ ਕੇ ਜਾਂਦਾ ਹੈ ਤੇ ਸ਼ਹਾਦਤ ਦਾ ਜਾਮ ਪੀ ਲੈਂਦਾ ਹੈ। ਭਾਈ ਦਇਆ ਸਿੰਘ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਆਪ ਜੀ ਜੰਗ ਦੇ ਮੈਦਾਨ ਵਿੱਚ ਨਾ ਭੇਜੋ। ਤੇ ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਆਖਿਆ, ਇਹ ਗੁਰੂ ਕਿਆ ਸਿੱਖਾਂ, ਮੇਰੇ ਪੁੱਤਰਾਂ ਅਤੇ ਮੇਰਿਆਂ ਸਿੱਖਾਂ ਵਿੱਚ ਕੋਈ ਫਰਕ ਨਹੀਂ, ਇਹਨਾਂ ਨੂੰ ਇੱਕ ਨਜ਼ਰ ਦੇ ਨਾਲ ਮੈਂ ਵੇਖਿਆ, ਜਿੱਥੇ ਮੈਨੂੰ ਮੇਰੇ ਪੁੱਤਰ ਬੜੇ ਪਿਆਰੇ ਨੇ ਉੱਥੇ ਮੈਨੂੰ ਮੇਰੇ ਸਿੱਖ ਵੀ ਬੜੇ ਪਿਆਰੇ ਨੇ। ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਵੱਲੋਂ ਭੇਜਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸ਼ਹਾਦਤ ਪੀਂਦਾ ਹੈ। ਤੇ ਕਲੀਆਂ ਵਾਲਾ ਪਾਤਸ਼ਾਹ ਮਹਾਰਾਜ ਫਿਰ ਖੁਸ਼ੀਆਂ ਦੇ ਨਾਲ ਜੈਕਾਰੇ
ਗਜਾਉਂਦਾ ਤੇ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਾ ਹੈ। ਸੀਨੇ ਆਪਣੇ ਵਿੱਚ ਦਸ਼ਮੇਸ਼ ਜੀ ਨੇ ਦੁਖੀਆਂ ਲਈ ਅਥਾਹ ਪਿਆਰ ਰੱਖਿਆ, ਘਰ ਰੱਖਣੇ ਲਈ ਲੱਖਾਂ ਬੇਘਰਾਂ ਦੇ ਨਾ ਘਰ ਰੱਖਿਆ ਨਾ ਪਰਿਵਾਰ ਰੱਖਿਆ, ਕਲਗੀਆਂ ਵਾਲਿਆ ਇੱਕ ਤੇ ਰੱਖ ਲੈਂਦਾ, ਨਾ ਅਜੀਤ ਰੱਖਿਆ ਨਾ ਜੁਝਾਰ ਰੱਖਿਆ, ਬਾਹਰ ਕੇ ਅੱਖੀਆਂ ਦੇ ਚਾਰ ਤਾਰੇ ਆ ਖਾਲਸਾ ਪੰਥ ਤਿਆਰ ਪਰ ਤਿਆਰ ਰੱਖਿਆ। ਆਹ ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਉਪਕਾਰਾਂ ਦੀ ਗੱਲ ਚੱਲੀ ਹੈ। ਇੱਕ ਕਵਿਤਾ ਮੇਰੇ ਵੀਰਾਂ ਨੇ ਪਿਛਲੇ ਸਮੇਂ ਵਿੱਚ ਗਾਈ ਸੀ, ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ, ਆਓ ਪਿਆਰ ਦੇ ਨਾਲ ਸਰਵਣ ਕਰਿਓ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰੀਏ। ਬੈਠ ਕੇ ਸੋਚੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿੱਡੀ ਕਿਰਪਾ ਕੀਤੀ, ਕਿੱਡੇ ਪਰਉਪਕਾਰ ਨੇ ਸੱਚੇ ਪਾਤਸ਼ਾਹ ਸਾਡੇ ਸਿਰਾਂ ਦੇ ਉੱਤੇ ਕਲਗੀਆਂ ਵਾਲਿਆ, ਕਰਾਂ ਕਿ ਸਿਰਫ ਤੇਰੀ ਕਾਗਜ਼ ਕਲ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਝੀਆ ਪਰਉਪਕਾਰ ਵੱਡੇ, ਤੇਰੇ ਚੋਝੀਆ ਗੁਣਾਂ ਦਾ ਭੰਡਾਰ ਵੱਡਾ, ਯੁੱਗਾਂ ਯੁੱਗਾਂ ਤੋਂ ਨਹੀਂ ਖਾਲਸੇ ਤੋਂ ਲੈ ਸਕਦਾ। ਆਹ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰ ਦਿਓ। ਪਿਆਰ ਦੇ ਵਿੱਚ ਮੇਰੇ ਨਾਲ ਦੇ ਸਾਥੀ ਵੀਰਾਂ ਪਾਸੋਂ ਇਹ ਪਿਆਰੀ ਜੀ ਕਵਿਤਾ ਸਰਵਣ ਕਰੋ। ਮਾਂ ਗੁਜਰੀ ਕਰਮਾਈ ਹੈ ਜਿਸ ਮਰਦ ਸੂਰਮਾ ਜਿਆ ਏ, ਨੇਕੀ ਦੀ ਖਾਤਰ ਕਰਿਆ ਮਾਰੇ ਦਮ ਮੀ ਮਰਿਆ ਏ, ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਨ ਤੋਂ ਮਾਰ ਗਿਆ। ਦਿੱਲੀ ਵਿੱਚ
ਗੁਰੂ ਪਿਆਰੇ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਕਿ ਆਪ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਚਲੇ ਜਾਓ। ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਚਾਹੁੰਦੇ ਸਨ ਜਿੱਥੇ ਮੇਰੇ ਪਿਆਰੇ ਪੁੱਤਰ ਸ਼ਹੀਦ ਹੋਏ ਨੇ, ਜਿੱਥੇ ਮੇਰੇ ਪਿਆਰੇ ਸਿੱਖ ਸ਼ਹੀਦ ਹੋਏ ਨੇ, ਇਸ ਹੀ ਜੰਗ ਦੇ ਮੈਦਾਨ ਦੇ ਵਿੱਚ ਮੈਂ ਵੀ ਸ਼ਹੀਦੀ ਪਾ ਜਾਵਾਂ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਹੋ ਕੇ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਹੈ ਕਿ ਆਪ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਚਲੇ ਜਾਓ। ਸੱਚੇ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਦੁਸ਼ਮਣ ਨੂੰ ਲਲਕਾਰ ਕੇ ਜਾਂਦੇ ਨੇ। ਗੁਰੂ ਕੇ ਪਿਆਰੇ ਖਾਲਸਾ ਜੀ, ਜਾਂਦੇ ਜਾਂਦੇ ਰਸਤੇ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਆਉਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ
ਦੇਖ ਕੇ ਅੰਡਿਟ ਕਰ ਦਿੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਅਗਾਂਹ ਨੂੰ ਤੁਰੇ ਜਾਂਦੇ ਨੇ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੀ ਲੋਤ ਪਈ ਹੈ। ਭਾਈ ਦਇਆ ਸਿੰਘ ਜੀ ਵੇਖਦੇ ਨੇ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਲੋਤ ਪਈ ਹੈ, ਸਰੀਰ ਪਿਆ ਹੈ। ਭਾਈ ਦਇਆ ਸਿੰਘ ਜੀ ਰੁਕ ਜਾਂਦੇ ਨੇ। ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜਦ ਵੇਖਦੇ ਨੇ ਕਿ ਭਾਈ ਦਇਆ ਸਿੰਘ ਜੀ ਪਿੱਛੇ ਰੁਕ ਗਏ ਨੇ, ਅਤੇ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਭਾਈ ਦਇਆ ਸਿੰਘ ਜੀ ਕੀ ਕਰਨ ਲੱਗੇ ਹੋ? ਅਤੇ ਭਾਈ ਦਇਆ ਸਿੰਘ ਜੀ ਨੇ ਆਖਿਆ, ਸੱਚੇ ਪਾਤਸ਼ਾਹ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਪਿਆ ਹੈ। ਉਹ ਬਾਬਾ ਜੁਝਾਰ ਸਿੰਘ ਜਿਸ ਨੂੰ ਅਸੀਂ ਘੋੜ ਸਵਾਰੀ ਸਿਖਾਉਂਦੇ ਰਹੇ ਹਾਂ, ਜਿਸ ਨੂੰ ਅਸੀਂ ਗੱਤਕਾ ਸਿਖਾਉਂਦੇ ਰਹੇ, ਜਿਹੜਾ ਗੱਤਕਾ ਸਾਡੇ ਨਾਲ ਖੇਡਦਾ ਰਿਹਾ ਹੈ, ਜਿਸ ਨੂੰ ਅਸੀਂ ਤਲਵਾਰਬਾਜ਼ੀ ਸਿਖਾਉਂਦੇ ਸਾਂ, ਅੱਗੇ ਨਹੀਂ ਜਾਇਆ ਜਾਂਦਾ। ਸੱਚੇ ਪਾਤਸ਼ਾਹ ਮਹਾਰਾਜ, ਆਪਾਂ ਇਸ ਦਾ ਅੰਤਿਮ ਸੰਸਕਾਰ ਕਰ ਚੱਲੀਏ, ਆਪਾਂ ਜੋ ਇਸ ਦੀਆਂ ਅੰਤਿਮ ਰਸਮਾਂ ਨੇ ਉਹ ਨਿਭਾ ਚੱਲੀਏ। ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਆਖਿਆ ਸੀ, ਭਾਈ ਦਇਆ ਸਿੰਘਾ, ਜਿੱਥੇ ਮੇਰੇ ਪਿਆਰੇ ਪੁੱਤਰ ਇਸ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ, ਉੱਥੇ ਮੇਰੇ ਗੁਰੂ ਕੇ ਸਿੱਖ, ਮੇਰੇ ਪਿਆਰੇ ਸਿੱਖ ਸ਼ਹੀਦ ਹੋਏ ਨੇ, ਤੂੰ ਮੇਰੇ ਪੁੱਤਰਾਂ ਅਤੇ ਮੇਰੇ ਸਿੱਖਾਂ ਨੂੰ ਦੋ ਨਜ਼ਰਾਂ ਦੇ ਨਾਲ ਨਾ ਵੇਖ, ਜਿੰਨੇ ਮੈਨੂੰ ਪਿਆਰੇ ਮੇਰੇ ਪੁੱਤਰ ਨੇ ਉਤਨੇ ਹੀ ਪਿਆਰੇ ਮੈਨੂੰ ਮੇਰੇ ਸਿੱਖ ਨੇ। ਇਸ ਕਰਕੇ ਜੇ ਉਹਨਾਂ ਸਿੱਖਾਂ ਦਾ ਸੰਸਕਾਰ ਨਹੀਂ ਹੋ ਸਕਦਾ, ਉਹਨਾਂ ਦੀਆਂ ਕੋਈ ਅੰਤਿਮ ਰਸਮਾਂ ਨਹੀਂ ਨਿਭਾਈਆਂ ਜਾ ਸਕਦੀਆਂ, ਅਤੇ ਮੈਂ ਆਪਣੇ ਪੁੱਤਰਾਂ ਦੀਆਂ ਵੀ ਜਿਹੜੀਆਂ ਨੇ ਉਹ ਅੰਤਿਮ ਰਸਮਾਂ ਨਹੀਂ ਨਿਭਾ ਸਕਦਾ, ਗੁਰੂ ਕੇ ਖਾਲਸਾ ਜੀ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਦੱਸ ਕੇ ਕਿ ਮੇਰੇ ਪੁੱਤਰ ਅਤੇ ਮੇਰੇ ਸਿੱਖ ਉਹਨਾਂ ਵਿੱਚ ਕੋਈ ਫਰਕ ਨਹੀਂ, ਅਗਾਂਹ ਚਲੇ ਗਏ ਸੱਚੇ ਪਾਤਸ਼ਾਹ ਮਹਾਰਾਜ। ਆਪਾਂ ਇੱਥੇ ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪਰਉਪਕਾਰਾਂ ਦੀ ਵਿਚਾਰ ਕਰ ਰਹੇ ਹਾਂ ਸੰਖੇਪ ਦੇ ਵਿੱਚ, ਸਮੇਂ ਵਿੱਚ ਰਹਿੰਦੇ ਹੋਇਆਂ ਸਮਾਪਤੀ ਕਰਨੀ ਹੈ। ਸਾਡੇ ਤੋਂ ਬਾਅਦ ਬਹੁਤ ਹੀ ਵਿਦਵਾਨ ਭਾਈ ਸਾਹਿਬ ਭਾਈ ਦਲਵਿੰਦਰ ਸਿੰਘ ਜੀ ਅਪਰਾ, ਉਹਨਾਂ ਨੇ ਆਪ ਗੁਰੂ ਦੀਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣੀਆਂ ਨੇ। ਸੋ ਪਿਆਰਿਓ, ਸਮਾਂ ਆਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਬੋ ਕੀ ਤਲਵੰਡੀ ਵਿਖੇ ਨੇ, ਅਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਨੇ, ਅਤੇ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁੱਛਦੇ ਨੇ ਕਿ ਮੇਰੇ ਪਿਆਰੇ ਸਾਹਿਬਜ਼ਾਦੇ, ਮੇਰੇ ਪੁੱਤਰ ਨਜ਼ਰ ਨਹੀਂ ਆਉਂਦੇ। ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਉਹ ਸਮੇਂ ਉੱਥੇ ਬੈਠੀ ਹੋਈ, ਜਿਸ ਤਰ੍ਹਾਂ ਅੱਜ ਆਪਾਂ ਇੱਥੇ ਬੈਠੇ ਹਾਂ, ਦੀਵਾਨ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਹੱਥ ਕਰਕੇ ਆਖਦੇ ਨੇ, ਇਹਨ ਪੁੱਤਰਨ ਕੇ ਸੀਸ ਪਰ ਬਾਹਰ ਦੀ ਸੁੱਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ, ਕੀ ਹੋਇਆ ਜੇ ਮੇਰੇ ਚਾਰ ਚਲੇ ਗਏ, ਆ ਵੇਖ ਹਜ਼ਾਰਾਂ ਇੱਥੇ ਬੈਠੇ ਨੇ, ਇਹ ਵੀ ਮੇਰੇ ਧੀਆਂ ਪੁੱਤਰ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਆਪਣੇ ਪੁੱਤਰਾਂ ਨਾਲੋਂ ਘੱਟ ਨਹੀਂ ਸਮਝਿਆ। ਗੁਰੂ ਕੇ ਪਿਆਰਿਓ, ਜੇ ਸਮੇਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਉਹ ਸਮੇਂ ਆਖਦੇ ਨੇ ਕਿ ਅੱਜ ਤੋਂ ਬਾਅਦ ਤੇਰੇ ਧਰਮ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੀ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ। ਦੁਨੀਆਂ ਦੇ ਵਿੱਚ ਬੜੇ ਪੀਰ ਪੈਗੰਬਰ ਹੋਏ ਨੇ, ਬੜੇ ਅਵਤਾਰ ਹੋਏ ਨੇ, ਬੜੇ ਭਗਵਾਨ ਹੋਏ ਨੇ, ਉਹਨਾਂ ਨੇ ਆਪਣੇ ਚੇਲੇ ਬਣਾਏ, ਆਪਣੇ ਮੁਰੀਦ ਬਣਾਏ, ਪਰ ਕਿਸੇ ਨੇ ਕਿਸੇ ਨੂੰ ਆਪਣੇ ਧੀਆਂ ਪੁੱਤਰ ਨਹੀਂ ਬਣਾਇਆ। ਪਿਆਰੇ ਕਾਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤਿੰਨ ਨੇ ਇਤਨੇ ਪਰਉਪਕਾਰ ਕੀਤੇ ਕਿ ਸਾਡੇ ਨਾਲ ਕਿਹੋ ਜਿਹਾ ਰਿਸ਼ਤਾ ਰੱਖਿਆ, ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ। ਪਿਆਰੇ ਅਤੇ ਅਸੀਂ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੱਜ ਪਿਤਾ ਮੰਨਣ ਤੋਂ ਇਨਕਾਰੀ ਹੋਏ ਹਾਂ। ਕਿਤੇ ਮਿਲ ਸਕਦਾ ਦੁਨੀਆਂ ਦੇ ਵਿੱਚ ਇਹੋ ਜਿਹਾ ਗੁਰੂ, ਧੰਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੁਨੀਆਂ ਦੇ ਉੱਤੇ ਕੋਈ ਹੋਇਆ ਨਾ। ਚਾਰ ਪੁੱਤਰ ਜੀ ਨੇ ਵਤਨਾਂ ਤੋਂ ਵਾਰੇ, ਇੱਕ ਵੀ ਲਾਲ ਲੁਕੋਇਆ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਲਾਲ ਸਾਡੇ ਤੋਂ ਵਾਰੇ। ਪਿਆਰਿਓ, ਕਿ ਇਹ ਖੁਸ਼ ਰਹਿਣ, ਅੱਜ ਮਾਵਾਂ ਦੀਆਂ ਗੋਦੀਆਂ ਵਿੱਚ ਜੇ ਪੁੱਤ ਖੇਡਦੇ ਨੇ,
ਅੱਜ ਮਾਵਾਂ ਜੇ ਬੱਚਿਆਂ ਨੂੰ ਖਿਡਾਉਂਦੀਆਂ ਨੇ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰ ਉਪਕਾਰ ਨੇ। ਆਓ ਆਖਰੀ ਕਵਿਤਾ ਕਹਿ ਕੇ ਅਸੀਂ ਖਿਮਾ ਦੇ ਜਾਚ ਹੋ ਜਾਣਾ। ਆਖਰੀ ਕਵਿਤਾ ਕਿ ਹੋਰ ਸਾਡੇ ਤੋਂ ਰੱਖਣਾ ਕੀ ਸੀ, ਲੁਕੋ ਕੇ ਸੀ, ਰੱਖੇ ਨਾ ਪੁੱਤ ਪਾਲ ਕੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤੋਂ ਕੁਝ ਵੀ ਨਹੀਂ ਲੁਕੋਇਆ ਪਿਆਰਿਓ। ਤਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਲਾਲ ਸਾਡੇ ਤੋਂ ਵਾਰੇ, ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ। ਗੁਰੂ ਸਾਡੇ 'ਤੇ ਕਿਰਪਾ ਕਰੇ, ਅਸੀਂ ਵੀ ਗੁਰੂ ਨੂੰ ਆਪਣਾ ਪਿਤਾ ਬਣਾਈਏ, ਗੁਰੂ ਨੂੰ ਅਸੀਂ ਆਪਣਾ ਪਿਤਾ ਮੰਨੀਏ, ਅਸੀਂ ਉਸਦੇ ਧੀਆਂ ਪੁੱਤਰ ਬਣ ਜਾਈਏ। ਆਓ ਆਖਰੀ ਕਵਿਤਾ ਕਹਿ ਕੇ ਖਿਮਾ ਦੇ ਜੱਜ ਹੋ ਜਾਣਾ। ਮੇਰੇ ਨਾਲ ਦਾ ਸਾਥੀ ਭਾਈ ਕਰਨਜੀਤ ਸਿੰਘ ਪਿੰਡ ਭੂਤਾਂ ਨਜ਼ਦੀਕ ਬੰਗਾ, ਨਾਲ ਦਾ ਸਾਥੀ ਭਾਈ ਸਿਮਰਜੀਤ ਸਿੰਘ ਖਾਲਸਾ ਪਿੰਡ ਮੰਡੀ, ਭਾਈ ਅਮਰੀਕ ਸਿੰਘ ਖਾਲਸਾ ਪਿੰਡ ਮੋਰੋਂ, ਦਾਸ ਮਨਜੀਤ ਸਿੰਘ ਖਾਲਸਾ ਪਿੰਡ ਸ਼ੋਕਰਾਂ ਵਾਲਿਆਂ ਦਾ ਕੁਛ ਵੀ ਕਥਾ ਆਖਰੀ ਕਵਿਤਾ ਇਸ ਤਰ੍ਹਾਂ ਬਿਆਨ ਕਰੇ।
ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਆਓ ਗੁਰੂ ਪਿਆਰਿਓ, ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਧ ਤੋਂ ਵੱਧ ਨਾਮ ਬਾਣੀ ਦੇ ਨਾਲ ਜੁੜੀਏ, ਗੁਰੂ ਦੇ ਪਰਵਕਾਰਾਂ ਨੂੰ ਚੇਤੇ ਕਰੀਏ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰੀਏ। ਜਿੱਥੇ ਵੀ ਬੈਠਦੇ ਹਾਂ, ਆਪਣੇ ਪਰਿਵਾਰਾਂ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਆਂਢ ਗੁਆਂਢ ਵਿੱਚ, ਉੱਥੇ ਬੈਠ ਕੇ ਅੱਜ ਜਿਹੜੇ ਅੱਜ ਦੇ ਦਿਹਾੜੇ ਜਿਹੜੇ ਨੇ ਉਹ ਸਾਹਿਬਜ਼ਾਦਿਆਂ ਦੀਆਂ ਆਪਾਂ ਗੱਲਾਂ ਕਰਿਆ ਕਰੀਏ, ਆਪਸ ਦੇ ਵਿੱਚ ਗੁਰੂ ਦੇ ਪਰਿਵਾਰ ਦੀਆਂ ਗੱਲਾਂ ਕਰਿਆ ਕਰੀਏ। ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਸ਼ ਸ਼ਹੀਦ ਹੋਏ, ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੱਸ ਹੱਸ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਏ। ਪਿਆਰੇ ਸਾਡੇ ਤੋਂ ਬਾਰੇ ਉਹਨਾਂ ਪਰਵਕਾਰਾਂ ਨੂੰ ਯਾਦ ਕਰਿਆ ਕਰੀਏ। ਸੋ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਸਮਾਂ ਮਿਲਿਆ ਆਪ ਜੀ ਦੇ ਨਾਲ ਪੂਰਾ ਇਤਿਹਾਸ ਚਮਕੌਰ ਦੀ ਜੰਗ ਦਾ, ਸਾਕਾ ਸਰਹਿੰਦ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਸ਼ਹਾਦਤ ਦਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਫਿਰ ਕਦੀ ਸਮਾਂ ਮਿਲਿਆ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਦਾਸਾਂ ਦੀਆਂ ਭੁੱਲਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਸ਼ੇ ਕੀਤੀ ਹੋਏ ਫਤਿਹ ਦੀ ਸਾਂਝ ਪਾ ਕੇ ਅਸੀਸ ਬਖਸ਼ਦੇ ਹੋਏ ਦਾਸਾਂ ਨੂੰ ਯਾਦ ਦਿਓ। ਅਤੇ ਸਾਡੇ ਤੋਂ ਬਾਅਦ ਭਾਈ ਸਾਹਿਬ ਭਾਈ ਦਲਵਿੰਦਰ ਸਿੰਘ ਜੀ ਅੱਪਰਾ, ਉਹਨਾਂ ਨੇ ਆਓ ਗੁਰੂ ਦੀਆਂ ਸੰਗਤਾਂ ਦੇ ਨਾਲ ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਪਿਆਰਿਓ ਫਤਿਹ ਦੀ ਸਾਂਝ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।